ਰੰਧਾਵਾ ਸਾਹਿਬ ਤੁਸੀਂ ਗ੍ਰਹਿ ਮੰਤਰੀ ਰਹਿ ਚੁੱਕੇ ਹੋ ਕਿਵੇਂ ਦਾ ਦੇਖਦੇ ਹੋ ਜਿਹੜੇ ਸਕੋਲਟੇ ਵਾਪਸ ਹੁੰਦੇ ਨੇ ਉਹਨੂੰ ਗਾਇਆ ਜਾਂਦਾ ਕਿੱਦਾਂ ਦਾ ਇਹ ਰੂਲ ਮੇਰੇ ਟਾਈਮ ਤੇ ਵੀ ਜਦੋਂ ਮੈਂ ਹੋਮ ਮਿਨਿਸਟਰ ਸੀਗਾ ਤੇ ਮੇਰੇ ਟਾਈਮ ਤੇ ਵੀ ਸਿਕਿਉਰਿਟੀ ਵਿਡਰਾ ਕੀਤੀ ਪਰ ਡਿਸਕਲੋਜ਼ ਨਹੀਂ ਕੀਤੀ ਭਗਵੰਤ ਮਾਨ ਕਹਿ ਰਿਹਾ ਵੀ ਮੈਂ ਜਿਹੜਾ ਕਰਜ਼ਾ ਚੜਿਆ ਉਹਦੀ ਇਨਕੁਆਇਰੀ ਕਰਾਊਂਗਾ ਦੂਜੇ ਪਾਸੇ 10,000 ਕਰੋੜ ਕਰਜ਼ਾ ਫੇਰ ਲੈ ਲਿਆ ਇਹ ਕੋਈ ਮੰਤਰੀ ਕਰਜ਼ਾ ਨਹੀਂ ਲੈਂਦਾ ਇਹ ਗਵਰਨਮੈਂਟ ਲੈਂਦੀ ਹੈ ਔਰ ਗਵਰਨਮੈਂਟ ਆਰਬੀਆਈ ਕੋਲੋਂ ਪਹਿਲਾਂ ਪਰਮਿਸ਼ਨ ਲੈ ਕੇ ਗਵਰਨਮੈਂਟ ਆਫ ਇੰਡੀਆ ਕੋਲੋਂ ਪਰਮਿਸ਼ਨ ਲੈ ਕੇ ਫੇਰ ਕਰਜ਼ੇ ਲਏ ਜਾਂਦੇ ਆ ਭਗਵੰਤ ਮਾਨ ਸਾਹਿਬ ਸਰਕਾਰ ਚਲਾ ਰਹੇ ਜਾਂ ਕਟਪੁਤਲੀ ਸਰਕਾਰ ਜੇ ਮੂਸੇਵਾਲੇ ਦੇ ਅਫਸੋਸ ਕਰਨ ਲਈ ਆਉਣਾ ਤਾਂ ਉਹ ਪਹਿਲਾਂ ਦਿੱਲੀਓਂ ਪਰਮਿਸ਼ਨ ਲੈ ਕੇ ਆਉਣਾ ਅਤੇ ਜੇ ਕਿਸਾਨਾਂ ਨੂੰ ਮਿਲਣਾ ਤਾਂ ਉਹ ਵੀ ਦਿੱਲੀਓਂ ਪਰਮਿਸ਼ਨ ਲੈਣੇ ਮੇਰਾ ਖਿਆਲ ਕਿ ਭਗਵੰਤ ਮਾਨ ਆਪਣਾ ਇੰਡੀਪੈਂਡੈਂਟਲੀ ਕੋਈ ਵੀ ਡਿਸੀਜਨ ਨਹੀਂ ਲੈ ਸਕਦਾ ਰੰਧਾਵਾ ਸਾਹਿਬ ਤੁਸੀਂ ਗ੍ਰਹਿ ਮੰਤਰੀ ਰਹਿ ਚੁੱਕੇ ਹੋ ਕਿਵੇਂ ਦਾ ਦੇਖਦੇ ਹੋ ਜਿਹੜੇ ਸਕੋਲਟੇ ਵਾਪਸ ਹੁੰਦੇ ਨੇ ਉਹਨੂੰ ਗਾਇਆ ਜਾਂਦਾ ਕਿੱਦਾਂ ਦਾ ਇਹ ਰੂਲ ਦੇਖੋ ਮੈਂ ਮੇਰੇ ਟਾਈਮ 'ਤੇ ਵੀ ਜਦੋਂ ਮੈਂ ਹੋਮ ਮਿਨਿਸਟਰ ਸੀਗਾ ਅਤੇ ਮੇਰੇ ਟਾਈਮ 'ਤੇ ਵੀ ਸਿਕਿਉਰਿਟੀ ਵਿਡਰਾ ਕੀਤੀ ਪਰ ਡਿਸਕਲੋਜ਼ ਨਹੀਂ ਕੀਤੀ ਗਈ ਜਿਹੜਾ ਸਿੱਧੂ ਮੂਸੇਵਾਲੇ ਦਾ ਆਫੀਸ਼ਲ ਕੋਈ ਇਹਨਾਂ ਆਯੂਸ਼ੀ ਕਿ ਕੌਣ ਹੈ ਇਹਨਾਂ ਦੀ ਕੋਈ ਟਵਿੱਟਰ ਨੂੰ ਜਿਹੜੀ ਜਾਂ ਉਹਨੂੰ ਪੇਜ ਨੂੰ ਕੰਟਰੋਲ ਕਰਦੀ ਹੈ ਉਹਦੇ ਵੱਲੋਂ ਆਫੀਸ਼ਲ ਪੇਜ 'ਤੇ ਪਾਉਣਾ ਕਿ ਮੂਸੇਵਾਲਾ ਜਥੇਦਾਰ ਅਕਾਲ ਤਖ਼ਤ ਔਰ ਰਾਧਾ ਸਵਾਮੀ ਹੈੱਡ ਦੀ ਸਿਕਿਉਰਿਟੀ ਵਿਡਰਾ ਕਰ ਲਈ ਅਤੇ ਨੈਕਸਟ ਡੇ ਹੀ ਇਹਦਾ ਮਰਡਰ ਹੋਣਾ ਬੜੀ ਸਿਚੁਏਸ਼ਨ ਜਿਹੜੀ ਉਹਨੂੰ ਵੇਖਣ ਵਾਲੀ ਗੱਲ ਹੈ ਮੇਰੇ ਖਿਆਲ ਕਿ ਨੌਨ ਸੀਰੀਅਸ ਜਿਹੜੇ ਆਦਮੀ ਹੁੰਦੇ ਜਿਨ੍ਹਾਂ ਨੇ ਕਦੀ ਇਹੋ ਜਿਹੀ ਚੀਜ਼ ਨਾ ਦੇਖੀ ਅਤੇ ਬੱਲੇ ਬੱਲੇ 'ਚ ਮਾਰਕੀਟਿੰਗ ਲਈ ਆਪਣਾ ਇੱਕ ਨੌਜਵਾਨ ਗਵਾ ਦਿੱਤਾ ਤਾਂ ਜੇ ਮੇਰੇ ਖਿਆਲ ਕਿ ਨਾ ਇਹ ਸਟੇਟਮੈਂਟ ਦਿੱਤੀ ਜਾਂਦੀ ਕਿ ਉਹਦੀ ਸਿਕਿਉਰਿਟੀ ਸਾਹਿਬ ਇੱਕ ਪਾਸੇ ਭਗਵੰਤ ਮਾਨ ਕਹਿ ਰਿਹਾ ਵੀ ਮੈਂ ਜਿਹੜਾ ਕਰਜ਼ਾ ਚੜਿਆ ਉਹਦੀ ਇਨਕੁਆਇਰੀ ਕਰਾਊਂਗਾ ਦੂਜੇ ਪਾਸੇ 10,000 ਕਰੋੜ ਕਰਜ਼ਾ ਫੇਰ ਲੈ ਲਿਆ ਮੇਰੀ ਗੱਲ ਸੁਣੋ ਜਦੋਂ ਥੋੜ੍ਹੀ ਜਿਹੀ ਕਾਟਨ ਨੌਲੇਜ ਹੋਵੇ ਤਾਂ ਉਹ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਕਦੀ ਸਰਕਾਰਾਂ ਦੇ ਕਰਜ਼ੇ ਜਿਹੜੀ ਇਨਕੁਆਇਰੀ ਕਰਨੀ ਮੇਰਾ ਖਿਆਲ ਕਿ ਉਹਨਾਂ ਨੂੰ ਪਹਿਲਾਂ ਨਾ ਉਹਨਾਂ ਦੇ ਜਿਹੜੇ ਐਡਵਾਈਜ਼ਰ ਨਾਲ ਜਾਂ ਉਹਨਾਂ ਦੇ ਆਫਿਸਰ ਉਹਨਾਂ ਨੂੰ ਦੱਸ ਦਿਆ ਕਰਨ ਕਿ ਇਹ ਕੋਈ ਮੰਤਰੀ ਕਰਜ਼ਾ ਨਹੀਂ ਲੈਂਦਾ ਇਹ ਗਵਰਨਮੈਂਟ ਲੈਂਦੀ ਆ ਔਰ ਗਵਰਨਮੈਂਟ ਆਰਬੀਆਈ ਕੋਲੋਂ ਪਹਿਲਾਂ ਪਰਮਿਸ਼ਨ ਲੈ ਕੇ ਗਵਰਨਮੈਂਟ ਆਫ ਇੰਡੀਆ ਕੋਲੋਂ ਪਰਮਿਸ਼ਨ ਲੈ ਕੇ ਫਿਰ ਕਰਜ਼ੇ ਲਏ ਜਾਂਦੇ ਆ ਇਹਨਾਂ ਵਾਂਗੂ ਨਹੀਂ ਕਿ ਇਹ ਕੋਈ ਨੌਟੰਕੀ ਕੰਪਨੀ ਨਹੀਂ ਖੋਲਣੀ ਕਿਵੇਂ ਦੇਖ ਲਿਓ ਵੀ ਭਗਵੰਤ ਮਾਨ ਸਾਹਿਬ ਸਰਕਾਰ ਚਲਾ ਰਹੇ ਨੇ ਜਾਂ ਕਟਪੁਤਲੀ ਸਰਕਾਰ ਦੇਖੋ ਜਿਹੜੇ ਜੇ ਮੂਸੇਵਾਲੇ ਦੇ ਅਫਸੋਸ ਕਰਨ ਲਈ ਆਉਣਾ ਤਾਂ ਉਹ ਪਹਿਲਾਂ ਦਿੱਲੀਓਂ ਪਰਮਿਸ਼ਨ ਲੈ ਕੇ ਆਉਣਾ ਅਤੇ ਜੇ ਕਿਸਾਨਾਂ ਨੂੰ ਮਿਲਣਾ ਤਾਂ ਉਹ ਵੀ ਦਿੱਲੀਓਂ ਪਰਮਿਸ਼ਨ ਲੈਣੇ ਮੇਰਾ ਖਿਆਲ ਕਿ ਭਗਵੰਤ ਮਾਨ ਆਪਣਾ ਇੰਡੀਪੈਂਡੈਂਟਲੀ ਕੋਈ ਵੀ ਡਿਸੀਜਨ ਨਹੀਂ ਲੈ ਸਕਦਾ ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਨੇ ਗੋਲਡੀ ਜੀ ਹਾਂਜੀ ਬਾਈ ਜੀ ਵਧਾਈਆਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਤੁਹਾਡੇ ਭਰਾਵਾਂ ਦਾ ਧੰਨਵਾਦ ਜੀ ਸਾਰਿਆਂ ਦਾ ਅਤੇ ਪਾਰਟੀ ਹਾਈਕਮਾਨ ਦਾ ਉਸ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਮੌਕਾ ਬਖਸ਼ਿਆ ਇੱਕ ਆਮ ਸਧਾਰਨ ਪਰਿਵਾਰ ਦੇ ਮੁੰਡੇ ਨੂੰ ਟਿਕਟ ਮਿਲੀ ਆ ਬਾਈ ਜੀ ਜਿਸ ਲੋਕਾਂ ਦੇ ਮੁੱਦੇ ਲੋਕ ਸਭਾ ਦੇ ਵਿੱਚ ਚੱਕਣੇ ਨੇ ਤਾਂ ਮੈਨੂੰ ਲੱਗਦਾ ਕਿ ਇਸ ਛੋਟੇ ਭਰਾ ਦਾ ਸਾਥ ਦੇਣਾ ਚਾਹੀਦਾ ਲੋਕਾਂ ਨੂੰ ਇਹ ਸਨ ਦਲਵੀਰ ਸਿੰਘ ਗੋਲਡੀ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਕੈਮਰਾਮੈਨ ਰਛਪਿੰਦਰ ਨਾਲ ਇਕਬਾਲ ਸਿੰਘ ਫੱਗੂਆ D5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ